ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਮਾਈ ਚੈਨਲ। ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਗੇ। ਅੱਜ ਦੀ ਵੀਡੀਓ 'ਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ, ਮੈਂ ਸ਼ੋਪਰ ਡਗਮਾਰਟ ਤੋਂ ਪ੍ਰੋਡਕਟਸ ਬਾਏ ਕੀਤੇ ਸੀ ਐਂਡ ਮੈਂ ਤੁਹਾਨੂੰ ਮਿੰਨੀ ਵਲੌਗ 'ਚ ਦਿਖਾਇਆ ਸੀ ਐਂਡ ਮੇਰਾ ਉਸ ਦਿਨ ਦਾ ਟਾਈਮ ਨਹੀਂ ਲੱਗਿਆ, ਮੈਂ ਵੀਡੀਓ ਇਹ ਸ਼ੂਟ ਕਰਨੀ ਸੀ, ਤੁਹਾਡੇ ਨਾਲ ਰਿਵਿਊ ਸ਼ੇਅਰ ਕਰਨੀ ਸੀ। ਮੈਨੂੰ ਕਮੈਂਟਸ ਆਏ ਸੀ, ਤੁਸੀਂ ਦੱਸਿਆ ਨਹੀਂ ਅਜੇ ਤੱਕ ਪ੍ਰੋਡਕਟਸ ਕਿਵੇਂ ਦੇ ਲੱਗੇ ਐਂਡ ਚਲੋ ਫਿਰ ਅੱਜ ਮੈਂ ਫਾਈਨਲੀ ਟਾਈਮ ਕੱਢ ਕੇ ਇਹ ਵਾਲੀ ਵੀਡੀਓ ਸ਼ੂਟ ਕੀਤੀ ਹੈ। ਤੁਸੀਂ ਵੀਡੀਓ ਸਾਰੀ ਲਾਸਟ ਤੱਕ ਜ਼ਰੂਰ ਦੇਖਿਓ। ਇਹ ਜਿਹੜੇ ਪ੍ਰੋਡਕਟਸ ਹੈ ਇਹ ਵਰਥ ਬਾਇੰਗ ਹੈਗੇ ਆ ਕਿ ਨਹੀਂ ਹੈ ਮੈਂ ਲਾਸਟ ਵਿੱਚ ਦੱਸਾਂਗੀ, ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਵਿਦਾਊਟ ਵੇਸਟਿੰਗ ਅ ਟਾਈਮ ਲੈਟਸ ਸਟਾਰਟ ਦ ਵੀਡੀਓ। ਮੈਂ ਯੂਜ਼ ਕਰ ਰਹੀ ਹਾਂ ਰੈਵਲੋਨ ਫੋਟੋ ਰੈਡੀ ਪ੍ਰਾਈਮ ਪਲੱਸ ਪ੍ਰਾਈਮਰ। ਇਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਬ੍ਰਾਈਟਨਿੰਗ ਪਲੱਸ ਸਕਿਨ ਟੋਨ ਈਵਨਿੰਗ ਐਂਡ ਇਹ ਮੇਕਅਪ ਪਲੱਸ ਸਕਿਨ ਕੇਅਰ ਪ੍ਰਾਈਮਰ ਹੈ। ਲਾਈਕ ਮੇਕਅਪ ਤਾਂ ਹੈ ਹੀ ਹੈ, ਇਹ ਸਕਿਨ ਕੇਅਰ ਵੀ ਕਰਦਾ ਕਿਉਂਕਿ ਇਹਦੇ ਵਿੱਚ ਹੈ ਇਨ ਕੰਪਲੈਕਸ ਇਨਫਿਊਜ਼ਡ ਵਿਦ ਲੈਮਨ ਐਕਸਟ੍ਰੈਕਟ ਐਂਡ ਵਿਟਾਮਿਨ ਈ ਐਂਡ ਸੀ। 30 ml ਦੀ ਬੋਟਲ ਮਿਲ ਜਾਏਗੀ, ਮੈਂ ਨਾਲ ਪਿਕਚਰ ਇੱਥੇ ਸਕਰੀਨ 'ਤੇ ਲਗਾ ਦਾਂਗੀ, ਤੁਸੀਂ ਦੇਖ ਲਿਓ। ਡੋਟ ਡੋਟ ਕਰਕੇ ਆਪਣੇ ਫੇਸ 'ਤੇ ਅਪਲਾਈ ਕਰ ਲੈਣਾ। ਜਦੋਂ ਵੀ ਲਾਈਕ ਪ੍ਰਾਈਮਰ ਜਾਂ ਕੋਈ ਵੀ ਮੇਕਅਪ ਪ੍ਰੋਡਕਟ ਤੁਸੀਂ ਅਪਲਾਈ ਕਰਨਾ ਫੇਸ 'ਤੇ, ਉਹਨੂੰ ਆਪਣਾ ਟਾਈਮ ਜ਼ਰੂਰ ਦਿਓ। ਲਾਈਕ ਗਿਵ ਯੋਰ ਟਾਈਮ ਟੂ ਦ ਪ੍ਰੋਡਕਟ ਔਨ ਯੋਰ ਸਕਿਨ। ਲਾਈਕ ਇਹਨੂੰ ਇੱਕਦਮ ਈਜ਼ੀਲੀ ਆਰਾਮ ਨਾਲ ਬਲੈਂਡਿੰਗ ਕਰੋ ਤਾਂ ਕਿ ਉਹਦੀ ਲਾਈਕ ਲੁੱਕ ਵੀ ਵਧੀਆ ਆਵੇ। ਮੈਂ ਬਹੁਤ ਆਰਾਮ ਨਾਲ ਇਹਨੂੰ ਬਲੈਂਡ ਕੀਤਾ ਸੀ, ਸਕਿਨ 'ਤੇ ਈਜ਼ੀਲੀ ਬਲੈਂਡ ਹੋ ਗਿਆ। ਇਹਦਾ ਨਾ ਥੋੜ੍ਹਾ ਜਿਹਾ ਲਾਈਕ ਟੈਕਸਚਰ ਥਿੱਕ ਸੀ ਐਂਡ ਗੋਲਡਨ ਟੱਚ ਦੇ ਰਿਹਾ ਸੀ। ਜਦੋਂ ਮੈਂ ਸਕਿਨ 'ਤੇ ਅਪਲਾਈ ਕੀਤਾ ਇੱਕ ਗੋਲਡਨ ਟੱਚ, ਇੱਕ ਸ਼ਾਈਨ ਆਇਆ, ਲਾਈਕ ਸਹੀ ਸੀ। ਬਟ ਕੁਛ ਟਾਈਮ ਬਾਅਦ ਐਂਡ ਜਿੱਦਾਂ ਮੈਂ ਏਰੀਆ ਤੁਹਾਨੂੰ ਸ਼ੋਅ ਕਰ ਰਹੀ, ਮੈਨੂੰ ਇਚਿੰਗ ਹੋ ਰਹੀ ਸੀ ਇੱਥੇ। ਆਫਟਰ ਮੇਕਅਪ ਮੈਂ ਬਾਅਦ 'ਚ ਤੁਹਾਨੂੰ ਦੱਸਾਂਗੀ ਇਚਿੰਗ ਸਟੋਪ ਹੋਈ ਸੀ ਕਿ ਨਹੀਂ, ਸੋ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ। ਫਿਰ ਮੈਂ ਅਪਲਾਈ ਕੀਤੀ ਕਵਰ ਗਰਲ ਪਲੱਸ ਓਲੇ ਫਾਊਂਡੇਸ਼ਨ। ਇਹਦਾ ਆਲਰੇਡੀ ਮੇਰੇ ਚੈਨਲ 'ਤੇ ਰਿਵਿਊ ਹੈ, ਅਗਰ ਤੁਸੀਂ ਨਹੀਂ ਦੇਖਿਆ ਮੈਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਦੇ ਦਾਂਗੀ, ਤੁਸੀਂ ਜਾ ਕੇ ਜ਼ਰੂਰ ਚੈੱਕਆਊਟ ਕਰਿਓ। ਦੇਖੋ ਕਿੰਨਾ ਈਜ਼ੀਲੀ ਬਲੈਂਡ ਹੋ ਜਾਂਦਾ ਹੈ, ਬਹੁਤ ਵਧੀਆ। ਇਸ ਦੇ ਉੱਪਰ ਆਲਰੇਡੀ ਵੀਡੀਓ ਤੁਸੀਂ ਦੇਖ ਸਕਦੇ ਹੋ। ਮੈਂ ਪਹਿਲਾਂ ਵੀ ਜਦੋਂ ਫਾਊਂਡੇਸ਼ਨ ਅਪਲਾਈ ਕੀਤੀ ਸੀ, ਹੁਣ ਇੱਥੇ ਆਈ ਡੋਂਟ ਨੋ ਕੈਮਰੇ 'ਚ ਆਉਂਦਾ ਪਿਆ ਕਿ ਨਹੀਂ, ਬਟ ਇੱਕ ਨੈਚੁਰਲ ਗਲੋ ਸ਼ਾਈਨ ਆਉਣ ਲੱਗ ਪਈ ਸੀ ਪ੍ਰਾਈਮਰ ਦੀ ਵਜ੍ਹਾ ਨਾਲ। ਲਾਈਕ ਪ੍ਰਾਈਮਰ 'ਚ ਗੋਲਡਨ 'ਚ ਟੱਚ ਸੀ ਐਂਡ ਉਹਦੇ ਨਾਲ ਕਾਫੀ ਜ਼ਿਆਦਾ ਮੈਨੂੰ ਲਾਈਕ ਡਿਫਰੈਂਸ ਨਜ਼ਰ ਆਇਆ ਐਂਡ ਬਹੁਤ ਵਧੀਆ ਲੱਗਾ ਮੈਨੂੰ ਪ੍ਰਾਈਮਰ। ਤੁਸੀਂ ਡਿਫਰੈਂਸ ਦੇਖ ਵੀ ਸਕਦੇ ਹੋ, ਇੱਕ ਫੇਸ 'ਤੇ ਸ਼ਾਈਨ ਆ ਗਈ। ਦੈਨ ਮੈਂ ਯੂਜ਼ ਕੀਤਾ ਮੇਬਲਿਨ ਦਾ ਕੱਜਲ ਐਂਡ ਇਹ ਵਾਲਾ ਸੀ 900 ਡੀਪ ONYX ਪ੍ਰੋਫਾਊਂਡ ਐਂਡ ਇਹਨੂੰ ਅਸੀਂ ਲਾਈਨਰ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹਾਂ ਐਂਡ ਕੱਜਲ ਦੀ ਤਰ੍ਹਾਂ ਵੀ। ਮੈਂ ਬਹੁਤ ਸਾਰੇ ਮੇਬਲਿਨ ਦੇ ਪ੍ਰੋਡਕਟਸ ਯੂਜ਼ ਕੀਤੇ ਹੋਏ ਆ ਐਂਡ ਪਹਿਲਾਂ ਵੀ ਇਹਦਾ ਕੱਜਲ ਯੂਜ਼ ਕੀਤਾ ਹੋਇਆ। ਤੁਸੀਂ ਦੇਖੋ ਇਹਨੂੰ ਮੈਂ ਗਲਾਈਡ ਕੀਤਾ ਐਂਡ ਕਿੰਨੀ ਈਜ਼ੀਲੀ ਹੋ ਗਿਆ ਐਂਡ ਇੱਕਦਮ ਜੈੱਟ ਬਲੈਕ ਕਲਰ ਹੈ, ਬਿਲਕੁਲ ਵੀ ਡਰਾਈ ਨਹੀਂ ਹੈ, ਥੋੜ੍ਹਾ ਜਿਹਾ ਓਇਲੀ ਹੈ। ਕੱਜਲ ਓਇਲੀ ਹੋਣ ਫਿਰ ਹੀ ਸਹੀ ਰਹਿੰਦਾ, ਲੇਕਿਨ ਅਗਰ ਓਇਲੀ ਨਾ ਹੋਣ ਫਿਰ ਗਲਾਈਡ ਨਹੀਂ ਹੁੰਦੇ ਐਂਡ ਦੇਖੋ ਕਿੰਨਾ ਸਮੂਥਲੀ ਗਲਾਈਡ ਹੋ ਰਿਹਾ। ਦੈਨ ਮੈਂ ਯੂਜ਼ ਕੀਤਾ ਐਨਾਬੈਲ ਬਿਗ ਸ਼ੋ ਇਲੈਕਟ੍ਰੋ ਫੁੱਲ ਫੈਨ ਇਫੈਕਟ ਮਸਕਾਰਾ। ਹਾਈ ਡੈਫੀਨੇਸ਼ਨ ਵੋਲਿਊਮ ਹੈ, ਡਿਫਾਈਨਿੰਗ ਐਂਡ ਵੋਲਿਊਮਨਾਈਜ਼ਿੰਗ ਕੋਨੀਕਲ ਫਲਾਵਰ ਸ਼ੇਪ ਬ੍ਰਸ਼ ਐਂਡ 92% ਨੈਚੁਰਲ ਓਰੀਜਨ ਇਨਗਰੀਡੀਅੰਟਸ, ਕਰੂਐਲਟੀ ਫਰੀ ਵੇਗਨ ਐਂਡ 92% ਨੈਚੁਰਲ ਓਰੀਜਨ ਇਨਗਰੀਡੀਅੰਟਸ। ਇਹ ਸਾਰਾ ਕੁਛ ਇਹਦੇ 'ਤੇ ਮੈਂਸ਼ਨ ਕੀਤਾ ਹੋਇਆ। ਹੁਣ ਦੇਖੋ ਜੀ ਮੈਂ ਅਪਲਾਈ ਕੀਤਾ ਐਂਡ ਤੁਹਾਨੂੰ ਡਿਫਰੈਂਸ ਕੀ ਨਜ਼ਰ ਆਇਆ। ਲਾਈਕ ਇਹਦੇ ਵਾਸਤੇ ਮੇਰੇ ਕੋਲ ਵਰਡਸ ਨਹੀਂ ਸੀ, ਮੈਂ ਬਹੁਤ ਮਸਕਾਰੇ ਯੂਜ਼ ਕੀਤੇ ਹੋਏ ਆ, ਬਟ ਲਾਈਕ ਇਹਦੀ ਜਿਹੜੀ ਮੈਂ ਕੰਸਿਸਟੈਂਸੀ ਕਹਿਦਾ ਜਾਂ ਫਿਰ ਲਾਈਕ ਮੈਨੂੰ ਵਰਡ ਨਹੀਂ ਆ ਰਿਹਾ, ਬਟ ਬਹੁਤ ਵਧੀਆ ਸੀ। ਇੱਕਦਮ ਲੈਸ਼ਿਜ਼ ਨੂੰ ਅਲੱਗ ਅਲੱਗ ਰਿਪ੍ਰਜੈਂਟ ਕਰ ਰਿਹਾ ਸੀ, ਬਹੁਤ ਵਧੀਆ ਸੀ। ਇਹ ਤਾਂ ਹਾਈਲੀ ਰਿਕਮੈਂਡ ਕਰਾਂਗੀ ਮੈਂ, ਤੁਸੀਂ ਜ਼ਰੂਰ ਬਾਏ ਕਰਿਓ, ਇੱਕ ਵਾਰ ਟਰਾਈ ਜ਼ਰੂਰ ਕਰਿਓ। ਤੁਸੀਂ ਫੁੱਲ ਵੀਡੀਓ ਦੇਖ ਲਈ, ਤੁਸੀਂ ਬਿਫੋਰ ਲੁੱਕ ਐਂਡ ਆਫਟਰ ਲੁੱਕ ਚੈੱਕ ਕਰ ਸਕਦੇ ਹੋ। ਲਾਈਕ
ਤੁਹਾਨੂੰ ਕੀ ਫਰਕ ਲੱਗਾ ਕੀ ਨਹੀਂ ਲੱਗਾ ਤੁਸੀਂ ਮੈਨੂੰ ਖੁਦ ਕਮੈਂਟ ਡਾਊਨ ਕਰਕੇ ਦੱਸੋ। ਐਂਡ ਮੈਂ ਅਗਰ ਆਪਣਾ ਓਪੀਨੀਅਨ ਆਪਣਾ ਵਿਊ ਪੁਆਇੰਟ ਸ਼ੇਅਰ ਕਰਾਂ, ਤੁਸੀਂ ਜਦੋਂ ਦੇਖਿਆ ਬਿਫੋਰ ਲੁੱਕ ਸੀ ਜਿਹੜੀ, ਕੋਈ ਸ਼ਾਈਨ ਨਹੀਂ ਸੀ ਫੇਸ 'ਤੇ ਕੁਛ ਵੀ। ਇੱਕ ਵਾਰੀ ਤੁਸੀਂ ਲਾਈਕ ਬੈਕ ਕਰਕੇ ਚੈੱਕ ਕਰ ਸਕਦੇ ਹੋ, ਜਦੋਂ ਮੈਂ ਪ੍ਰਾਈਮਰ ਅਪਲਾਈ ਕੀਤਾ ਫੇਸ 'ਤੇ ਲਾਈਕ ਇੱਕ ਗੋਲਡਨ ਟੱਚ ਜਿਵੇਂ ਆ ਜਾਂਦਾ, ਸ਼ਾਈਨ ਇੱਕ ਅਲੱਗ ਤੋਂ ਆ ਗਈ। ਜਦੋਂ ਮੈਂ ਬਾਅਦ 'ਚ ਫਾਊਂਡੇਸ਼ਨ ਅਪਲਾਈ ਕੀਤੀ ਐਂਡ ਉਹਦੇ ਨਾਲ ਮੈਨੂੰ ਇੰਨਾ ਵਧੀਆ ਲਾਈਕ ਇੱਕ ਸ਼ਾਈਨ, ਮੈਨੂੰ ਇੱਦਾਂ ਲੱਗਾ ਕਿ ਸਾਨੂੰ ਲਾਈਕ ਸ਼ਾਈਨ ਵਾਸਤੇ ਕੁਛ ਹੋਰ ਐਡ ਕਰਨ ਦੀ ਲੋੜ ਹੀ ਨਹੀਂ ਆ। ਐਕਚੁਅਲੀ ਮੇਰੇ ਦਿਮਾਗ 'ਚ ਪ੍ਰੋਡਕਟ ਨਹੀਂ ਆਉਂਦਾ, ਮੈਂ ਉਹਨੂੰ ਕੀ ਕਹਿੰਦੇ ਆ, ਤੁਸੀਂ ਪਲੀਜ਼ ਕਮੈਂਟ ਡਾਊਨ ਕਰੋ। ਮੈਂ ਭੁੱਲ ਗਈ ਹਾਂ ਬਲਸ਼ਰ ਤੋਂ ਬਾਅਦ ਅਸੀਂ ਜਿਹੜਾ ਅਪਲਾਈ ਕਰਦੇ ਸ਼ਾਈਨ ਵਾਸਤੇ, ਕਈ ਵਾਰੀ ਕਿ ਕੁਛ ਵਰਡਸ ਯਾਦ ਨਹੀਂ ਆਉਂਦੇ, ਮੈਂ ਭੁੱਲ ਗਈ ਹਾਂ ਸੱਚੀ। ਚਲੋ ਕੋਈ ਨਹੀਂ, ਲਾਈਕ ਕੁਛ ਵੀ ਹੋਰ ਅਪਲਾਈ ਕਰਨ ਦੀ ਲੋੜ ਨਹੀਂ ਹੈ। ਅਜੇ ਵੀ ਮੇਰਾ ਮਾਇੰਡ ਉੱਥੇ ਘੁੰਮ ਰਿਹਾ ਕਿ ਮੈਂ ਕਿੱਦਾਂ ਭੁੱਲ ਸਕਦੀ ਹਾਂ ਵਰਡ। ਚਲੋ ਕੋਈ ਨਹੀਂ, ਐਂਡ ਇਹਦੇ ਨਾਲ ਹੈ ਕਿ ਸ਼ਾਈਨ ਬਹੁਤ ਵਧੀਆ ਆਈ ਹੈ, ਮੈਨੂੰ ਬਹੁਤ ਵਧੀਆ ਲੱਗਾ। ਬਟ ਇੱਕ ਮੈਨੂੰ ਲੱਗਾ ਕਿ ਥੋੜ੍ਹੀ ਜਿਹੀ ਮੈਨੂੰ ਸਟਾਰਟਿੰਗ ਦੇ ਵਿੱਚ ਜਦੋਂ ਅਪਲਾਈ ਕੀਤਾ ਸੀ ਇਚਿੰਗ ਹੋ ਰਹੀ ਸੀ, ਮੈਂ ਵੀਡੀਓ ਕਲਿੱਪ ਦੇ ਵਿੱਚ ਸ਼ੋਅ ਕੀਤੀ ਹੈ ਉਹ, ਬਟ ਆਫਟਰ ਸਮ ਟਾਈਮ ਨੋਰਮਲ ਹੋ ਗਈ ਸੀ। ਮੇ ਬੀ ਇਹਦੇ ਵਿੱਚ ਨਾ ਲੈਮਨ ਹੈ, ਲੈਮਨ ਐਕਸਟਰੈਕਟ ਐਂਡ ਵਾਈਟਾਮਿਨ ਈ ਐਂਡ ਸੀ, ਸੋ ਮੇ ਬੀ ਉਹਦੇ ਕਰਕੇ ਵੀ ਹੋ ਸਕਦਾ। ਵੈਸੇ ਮੈਨੂੰ ਕੋਈ ਵੀ ਐਲਰਜੀ ਜਾਂ ਫਿਰ ਕੁਛ ਨਹੀਂ ਹੈ, ਜਸਟ ਕਈ ਵਾਰੀ ਵੈਸੇ ਹੋ ਜਾਂਦਾ। ਬਟ ਹਾਂ, ਜਦੋਂ ਤੁਸੀਂ ਪ੍ਰਾਈਮਰ ਅਪਲਾਈ ਕਰਨਾ ਐਂਡ ਫਾਊਂਡੇਸ਼ਨ, ਉਹਦੇ ਵਿੱਚ ਗੈਪ ਜ਼ਰੂਰ ਰੱਖਣਾ। ਲਾਈਕ ਤੁਸੀਂ 5 ਮਿੰਟਸ ਦਾ ਰੱਖ ਦਿਓ, 10 ਮਿੰਟਸ ਦਾ ਰੱਖ ਲਓ, ਕੁਛ ਲਾਈਕ ਮਿੰਟਸ ਦਾ ਗੈਪ ਜ਼ਰੂਰ ਰੱਖਿਓ, ਨਹੀਂ ਤਾਂ ਪ੍ਰੋਬਲਮ ਹੋ ਜਾਂਦੀ। ਐਂਡ ਫਿਰ ਤੁਸੀਂ ਦੇਖਿਆ ਜੀ ਕਿੱਥੇ ਗਿਆ ਮੇਰਾ ਕੱਜਲ, ਕੱਜਲ ਹਾਂਜੀ ਕੱਜਲ ਬਹੁਤ ਵਧੀਆ। ਲਾਈਕ ਮੇਬਲਿਨ 'ਤੇ ਅੱਗੇ ਮੇਰਾ ਬਹੁਤ ਜ਼ਿਆਦਾ ਟਰੱਸਟ ਹੈਗਾ, ਮੈਂ ਬਹੁਤ ਟਾਈਮ ਤੱਕ ਮੇਬਲਿਨ ਦੇ ਪ੍ਰੋਡਕਟ ਯੂਜ਼ ਕਰਦੀ ਸੀ ਐਂਡ ਕਰਦੀ ਹਾਂ। ਲਾਈਕ ਹੁਣ ਵੀ ਮੇਰੀ ਲਾਈਕ ਮੇਕਅਪ ਵੈਨਿਟੀ 'ਚ ਮੇਬਲਿਨ ਦੇ ਪ੍ਰੋਡਕਟਸ ਹੁੰਦੇ ਹੀ ਆ, ਤੁਸੀਂ ਦੇਖੇ ਵੀ ਹੋਣੇ ਆ। ਸੋ ਮੈਨੂੰ ਬਹੁਤ ਵਧੀਆ ਲੱਗਾ ਕੱਜਲ, ਐਂਡ ਤੁਸੀਂ ਦੇਖ ਸਕਦੇ ਹੋ ਇੰਨਾ ਵਧੀਆ ਗਲਾਈਡ ਹੋ ਰਿਹਾ ਸੀ ਨਾ। ਜਿਹੜੇ ਕੱਜਲ ਵਧੀਆ ਗਲਾਈਡ ਹੋ ਜਾਂਦੇ ਉਹ ਤਾਂ ਉਹਦਾ ਵੀ ਬਹੁਤ ਵਧੀਆ ਹੁੰਦੇ। ਮੈਂ ਤਾਂ ਕੱਜਲ ਦੀ ਫੈਨ ਹੈ, ਮੈਨੂੰ ਬਹੁਤ ਪਸੰਦ ਹੈ ਕੱਜਲ ਅਪਲਾਈ ਕਰਨਾ, ਮੈਨੂੰ ਬਹੁਤ ਵਧੀਆ ਲੱਗਾ। ਤੁਸੀਂ ਆਹ ਵੀ ਬਾਏ ਕਰ ਸਕਦੇ ਹੋ। ਲਾਈਕ ਅਗਰ ਤੁਸੀਂ ਆਪਣੀ ਬ੍ਰਾਈਡਲ ਕਿੱਟ ਰੈਡੀ ਕਰ ਰਹੇ ਹੋ ਜਾਂ ਫਿਰ ਵੈਸੇ ਤੁਹਾਨੂੰ ਸ਼ੌਂਕ ਹੈ ਨਾ ਲਾਈਕ ਕੱਜਲ ਇਕੱਠੇ ਕਰਨ ਦਾ ਮੇਰੀ ਤਰ੍ਹਾਂ, ਤੁਸੀਂ ਇਹ ਵਾਲਾ ਜ਼ਰੂਰ ਟਰਾਈ ਕਰੋ, ਤੁਹਾਨੂੰ ਬਹੁਤ ਵਧੀਆ ਲੱਗੇਗਾ। ਫਿਰ ਜੀ ਮੈਂ ਅਪਲਾਈ ਕੀਤਾ ਸੀ ਐਨਾਵਲ ਮਸਕਾਰੇ ਲਈ। ਆਈ ਡੋਂਟ ਥਿੰਕ ਸੋ ਕਿ ਮੈਨੂੰ ਕੁਛ ਕਹਿਣਾ ਚਾਹੀਦਾ, ਜਦੋਂ ਮੈਂ ਅਪਲਾਈ ਕੀਤਾ ਤੁਸੀਂ ਉਦੋਂ ਹੀ ਡਿਫਰੈਂਸ ਦੇਖ ਲਿਆ। ਸੋ ਇਹ 3 ਪ੍ਰੋਡਕਟਸ ਮੈਂ ਜਿੰਨੇ ਬਾਏ ਕੀਤੇ ਵਰਥ ਬਾਇੰਗ ਸੀ, ਮੈਨੂੰ ਬਹੁਤ ਵਧੀਆ ਲੱਗੇ। ਤੁਸੀਂ ਬਾਏ ਕਰਨ ਦੀ ਸੋਚ ਰਹੇ ਹੋ, ਮੈਂ ਸ਼ੋਪਰ ਡਰੱਗ ਮਾਰਟ ਤੋਂ ਬਾਏ ਕੀਤੇ, ਜਦੋਂ ਅਪਲਾਈ ਕੀਤੇ ਬਹੁਤ ਵਧੀਆ ਲੱਗੇ, ਤੁਸੀਂ ਬਾਏ ਕਰ ਸਕਦੇ ਹੋ ਸ਼ੋਪਰ ਡਰੱਗ ਮਾਰਟ ਤੋਂ ਜਾ ਕੇ। ਸੋ ਵੀਡੀਓ ਵਧੀਆ ਲੱਗੀ ਹੈ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ। ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਕਰ ਦਿਉ, ਤਾਂ ਕਿ ਮੈਂ ਜਦੋਂ ਹੋਰ ਨਿਊ ਪ੍ਰੋਡਕਟਸ ਲੈ ਕੇ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਤੁਹਾਨੂੰ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ। ਥੈਂਕਸ ਫੋਰ ਵਾਚਿੰਗ।